ਹਲਕਾ ਖੰਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਜਾਮਾ ਰਾਏ ਵਿਖੇ ਦਰਜਨਾਂ ਪਿੰਡਾਂ ਨੂੰ ਜੋੜਨ ਵਾਲਾ ਪੁਲ ਟੁੱਟ ਗਿਆ। ਉੱਥੋਂ ਦੇ ਮੌਜੂਦ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਹ ਪੁਲ ਕਾਫੀ ਸਮਾਂ ਪੁਰਾਣਾ ਸੀ, ਪਹਿਲਾਂ ਵੀ ਇਸ ਦੇ ਵਿੱਚ ਦਰਾਰ ਪਈ ਹੋਈ ਸੀ, ਪਰ ਪ੍ਰਸ਼ਾਸਨ ਵੱਲੋਂ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਇਸ ਪੁਲ ਉੱਪਰ ਦੀ ਉਸਮਾ ਟੋਲ ਪਲਾਜ਼ੇ ਤੋਂ ਬਚਣ ਲਈ ਹੈਵੀ ਟਰਾਲੇ ਇਸ ਦੇ ਉੱਪਰੋਂ ਲੰਘਦੇ ਸੀ। ਅੱਜ ਵੀ ਇੱਕ ਰੇਤ ਨਾਲ ਭਰਿਆ ਹੋਇਆ ਟਿੱਪਰ ਜਦੋਂ ਇਸ ਉੱਪਰੋਂ ਲੰਘਣ ਲੱਗਿਆ ਤਾਂ ਪੁਲ ਟੁੱਟ ਗਿਆ ਅਤੇ ਨਾਲ ਹੀ ਪੂਰਨ ਤੌਰ ਉੱਤੇ ਆਵਾਜਾਈ ਬੰਦ ਹੋ ਗਈ। ਉਹਨਾਂ ਕਿਹਾ ਕਿ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਜਲਦੀ ਹੀ ਨਵਾਂ ਪੁਲ ਬਣਾ ਦਿੱਤਾ ਜਾਵੇ। ਗੁਰਦੇਵ ਸਿੰਘ ਗਤਕਾ ਮਾਸਟਰ ਜੀ, ਇਹ ਅੰਮ੍ਰਿਤ ਵੇਲੇ 4 ਵਜੇ ਦੀ ਘਟਨਾ ਜੀ। ਵੇਖੋ ਜੀ, ਇਹ ਪੁਲ ਤੇ ਪਹਿਲਾਂ ਹੀ ਟੁੱਟਣ ਵਾਲਾ ਸੀਗਾ, ਇਹ ਥੱਲਿਓ ਇਹਦੀਆਂ ਬੁਰਜੀਆਂ ਨਿਕਲ ਗਈਆਂ ਵਾ ਤੇ ਹੁਣ ਪਾਣੀ ਦਾ ਜਿਹੜਾ ਵਾ ਉਹ ਵੇਖੋ ਕਿੰਨਾ ਤੇਜ਼ ਪਾਣੀ ਚੱਲਣ ਡਿਆ ਵਾ, ਜੋ ਥੱਲਿਓ ਇਹ ਜ਼ਿਆਦਾ ਕਮਜ਼ੋਰ ਹੋਣ ਕਰਕੇ ਇਹਦੇ ਉੱਤੋਂ ਜੋ ਟਰੱਕ ਵੱਡੇ ਲੰਘਦੇ ਆ ਟੂਲ ਪਲਾਜ਼ੇ ਦਾ ਵਜਨ ਦਾ ਕਰਕੇ, ਇਹ ਵਜਨ ਵਾਲਾ ਟਰੱਕ ਵੇਖੋ ਇਹਦੀ ਲੰਘਿਆ ਵਾ ਰੇਤਾ ਵਾਲਾ, ਅਤੇ ਉਹਨੇ ਪੁਲ ਸਾਰਾ ਢਾਹ ਦਿੱਤਾ ਵਾ, ਅਤੇ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਜਲਦੀ ਤੋਂ ਜਲਦੀ ਪੁਲ ਜਿਹੜਾ ਵਾ ਬਣਾ ਕੇ ਸੰਗਤਾਂ ਨੂੰ ਦਿੱਤਾ ਜਾਵੇ ਜੀ। ਇਹ ਪੁਲ ਤਾਂ ਬਹੁਤ ਪੁਰਾਣਾ ਜੀ, ਸਾਡੀ ਸੰਭਾਲ ਤੋਂ ਪਹਿਲਾਂ ਦਾ ਜੀ, ਧਿਆਨ ਦਿੱਤਾ ਨਹੀਂ, ਜੇ ਦਿੱਤਾ ਹੁੰਦਾ ਤਾਂ ਵਾਹਿਗੁਰੂ ਬਣ ਜਾਣਾ ਜੀ ਉਹਨੂੰ। ਆਹ ਗੱਲ ਆ, ਮੰਗ ਸਾਡੀ ਇਹੋ ਹੀ ਹੈ, ਅਤੇ ਇੱਧਰ ਦੀ ਵੇਖੋ ਕਿੰਨੀਆਂ ਸਿੱਖ ਸੰਗਤਾਂ ਲੰਘ ਰਹੀਆਂ ਵਾ ਅਤੇ ਕਿੰਨੀ ਦਿੱਕਤ ਆ ਰਹੀ ਆ, ਵੇਖੋ ਟਰਾਲਾ ਲੰਘ ਰਿਹਾ ਵਾ ਕਿੰਨੀ ਦਿੱਕਤ ਆ ਰਹੀ ਆ। ਹਾਂਜੀ, ਹੋਰ ਹੀ ਕਿਸੇ ਦਾ ਕੋਈ ਐਮਰਜੈਂਸੀ ਕੇਸ ਵੀ ਹੋ ਸਕਦਾ, ਕੋਈ ਲੰਘ ਸਕਦਾ ਐਂ ਦੀ, ਅਤੇ ਹੁਣ ਜੇ ਪੁਲ ਟੁੱਟਾ ਵਾ ਤਾਂ ਕਿਸੇ ਨੂੰ ਵਲ ਕੇ ਆਉਣਾ ਪੈਣਾ ਵਾ, ਕਿਸੇ ਦਾ ਕੋਈ ਮਰੀਜ਼ ਹੋ ਸਕਦਾ ਵਾ, ਕੋਈ ਐਮਰਜੈਂਸੀ ਕੇਸ ਹੋ ਸਕਦਾ ਵਾ। ਹਾਂਜੀ, ਅਤੇ ਹੁਣ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਜੇ ਟੁੱਟੀ ਗਿਆ ਤਾਂ ਹੁਣ ਇਹਨੂੰ ਮਿੰਟੋ ਦਵਾ ਦਵਾ ਬਣਾਇਆ ਜਾਵੇ ਜੀ। ਸਰ ਜੀ, ਗੁਰਦੇਵ ਸਿੰਘ, ਇਹ ਸਰ ਜੀ ਰਾਤ ਦਾ 4 ਵਜੇ ਟੁੱਟਾ ਜੀ। ਹਾਂਜੀ ਹਾਂਜੀ ਹਾਂਜੀ, ਰੋਜ਼ ਲੰਘਦੇ ਭਾਜੀ, ਇੱਧਰ ਹੀ ਬੱਸਾਂ ਵੀ ਲੰਘਦੀਆਂ ਜੀ। ਹਾਂਜੀ, ਇਹ ਤਾਂ ਛੇਤੀ ਤੋਂ ਛੇਤੀ ਸਰ ਜੀ ਬਣਾਇਆ ਜਾਵੇ ਪੁਲ, ਇਹਦਾ ਸਰ ਜੀ ਨੀਂਹ ਪੱਥਰ ਵੀ ਰੱਖਿਆ ਵਾ ਕਾਫੀ ਚਿਰ ਦਾ, ਸਰ ਜੀ ਹੋ ਗਿਆ 1 ਮਹੀਨਾ ਗਾ। ਹਾਂਜੀ, ਨਹੀਂ ਸਰ ਜੀ ਸ਼ੁਰੂ ਨਹੀਂ ਹੋਇਆ, ਇਹ ਸਰ ਜੀ ਛੇਤੀ ਤੋਂ ਛੇਤੀ ਮਤਲਬ 1 ਮਹੀਨੇ ਕੁ ਤਾਈਂ ਬਣ ਜਾਵੇ। ਹਾਂਜੀ, ਜਦੋਂ ਸ਼ਹਿਰ ਨੂੰ ਬੱਸ ਜਾਣ ਵਾਲੇ ਬੰਦ ਹੋ ਗਈਆਂ। ਹਾਂਜੀ।